ਤੇ ਇਹਦੀ ਕਿਆਰੀ ਐ ਸਭ ਭਰਾਲੀ ਐ ਬਾਕੀ ਮੇਰਾ ਥੂਬ ਰਹਿ ਗਿਆ ਇਹ ਸਬਜ਼ੀ ਬਰਾਵੜਾ ਲਈ ਰਹਿ ਗਈ ਐ ਕਿਉਂਕਿ ਘੰਟਾ ਬਿਜਲੀ ਜਾਂਦੀ ਐ ਘੰਟਾ ਤੋਂ ਬਾਅਦ ਬੋੜਮਦੀ ਐ ਬੋੜ ਘੰਟਾ ਮੋਟਰ ਚੱਲਦੀ ਐ ਬੋੜ ਬਿਜਲੀ ਵਾਗ ਵਈਦੀ ਐ ਇਹ ਅਜ਼ਾਬ ਬੜੇ ਖਲਾ ਲੋਡ ਸ਼ਾਟਿੰਗ ਦਬਉ ਵਾ ਅਜ਼ਾਬ ਬੜੇ ਖਲਾ ਉੜਿਆੜਾ ਪਾੜੀ ਬੇਰੀ ਕੱਸੀ ਐ ਅੱਗੇ ਖਲਾਈ ਉਹ ਉੜਗਲਾ ਕਿਆ ਰਹਿ ਚ ਵਾਗ ਵਈ ਸੀ ਤੋ ਡਵਾ ਬੋੜ ਜਲੇ ਮੋਟਰਮ ਬਿਜਲੀ ਅਬ ਸੀ ਹੋ ਦੇ ਮੋਟਰ ਚਲਾ ਕੇ ਨਵੀਂ ਬੋੜ ਬਰਾਵੜੀ ਕਰ ਸੀ ਆਓ ਤਾਰ ਬ ਵੀ ਖਾਇਦਾ ਕਿਥੇ ਪਾੜੀ ਲਾਇਓ ਆ ਤੇ ਕਿਥੇ ਰਹਿ ਪੜੇ ਮੇਰੇ ਗਏ ਸੇਜ ਪਾਲੀ ਦੀ ਵਜ੍ਹਾ ਤੂੰ ਕਿਉਂ ਕਮਾ ਵਦ ਦੇ ਸ਼ਤੇ ਲਾਇਨ ਨਾ ਪਾਲੀ ਛਾੜੀ ਲਈਦਾ ਵਦਰੀਆ ਸਰਦੀ ਦੇ ਵਿੱਚ ਤੂੰ ਪਤਾ ਹੈ ਕਿ ਪਾਲੀ ਲਾਵਲ ਵਾਸਤੇ ਆ ਆ ਬੋਦਾ ਵਾ ਤਾਂ ਤੂੰ ਸੈਂ ਇਹਦਾ ਸਮਝਾ ਬਚੋ ਨਾ ਓ ਨੋ 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 ਇਸ ਵਜ੍ਹਾ ਤੂੰ ਨਾ ਤੂੰ ਦੱਸ ਇਹਦਾ ਪਿਆ ਭਾਈ ਕਪੜੇ ਸੇਜ ਗਾਦ ਵਦ ਦੇ ਸ਼ਤੇ ਲਾਇਨ ਦਾ ਪਾਲੀ ਛਾੜੀ ਡੂ ਮੋਟਰ ਚਲਾਈਦਾ ਵਦਰੀਆ ਤੇ ਇਸ ਵਜ੍ਹਾ ਤੂੰ ਕਪੜੇ ਦੇ ਉੱਤੇ ਪਾਲੀ ਪੈ ਗਈ ਕਪੜੇ ਸਾਰੇ ਸੇਜ ਗਏ ਹੋਰ ਤੂੰ ਅੱਗੇ ਆ ਵੀ ਕਹੀਦਾ ਭਈ ਅਸਾ ਕਿੱਥੇ ਪਾਲੀ ਲਾਈ ਵਦਿਆ ਕਿੱਥੇ ਨਹੀਂ ਮਾਰਕਾ ਇਹ ਵੇਖੋ ਇਹ ਖਾਲਾ ਦੇ ਪਾੜੀ ਖਲੋਤਾ ਹੈ ਪਰ ਥੋੜਾ ਖਲੋਤਾ ਊੜ ਬਿਜਲੀ ਵਾਗ ਗਈ ਇਹਨਾਂ ਅੱਗੇ ਤਾਂ ਚਲਦਾ ਪਈ ਆ ਉਸ ਤੋਂ ਬਾਅਦ ਇਹ ਮੇਰੀ ਆ ਗਈ ਇਹ ਕੜਾਕ ਵੇਖ ਲਓ ਕੜਾਕ ਹੀ ਖੂਬਸੂਰਤ ਪਈ ਹੈ ਕਿਦੂ ਕਿਦੂ ਕਾਇਦੀ ਤੇ ਕਿਦੂ ਕਿਦੂ ਕਾ ਵੇਖ ਲਓ ਇਹ ਕੜਾਕ ਰਹਿ ਗਈ ਹੈ ਪਿਛਲੀ ਸਾਰੀ ਆਈ ਭਰੀ ਹੋਈ ਇਹ ਮੈਂ ਥੋੜੇ ਜਿਲੇ ਲੇਟ ਕਰ ਬੈਠਾ ਹਾਂ ਇਸ ਵਜ੍ਹਾ ਤੋਂ ਮੈਨੂੰ ਵਖਰੀ ਵਖਰੀ ਭਰਾਵੜੀ ਪੈ ਗਈ ਉਦੋਂ ਹੀ ਖਾਲਾ ਬਣਦਾ ਉਦੋਂ ਹੀ ਲਾ ਸਕੀਦਾ ਹੈ ਉਦੋਂ ਹੀ ਲਾ ਸਕੀਦਾ ਵੇਖ ਲਓ ਇਹ ਰਹਿ ਗਈ ਹੈ ਭਰਾ ਕੇ ਉਸ ਤੋਂ ਬਾਅਦ ਤੁਹਾਡਾ ਵੀਰਾ ਇਨਸ਼ਾਅੱਲਾ ਤੁਹਾਨੂੰ ਹਰ ਰੋਜ਼ ਦੀ ਵੀਡੀਓ ਦਿੱਤੀ ਕਰੇ ਸੀ ਤੇ ਬੋਰ ਸਰ ਦੀ ਤੁਮ ਤਾਂ ਇਹ ਬਾਤ ਚ ਵਈ ਸੀ ਕਿਉਂਕਿ ਹੁਣ ਮੈਂ ਕੋਈ ਕਪੜਾ ਉੱਤੇ ਲਵਾਨਾ ਤੇ ਉਹ ਸੇਜਵੈਂਦਾ ਹੈ ਖਾਸ ਕੁਦਾ ਪਾੜੀ ਦੇ ਵਿੱਚ ਡੈਪ ਪਉਂਦਾ ਹੈ ਇਸ ਵਜ੍ਹਾ ਤੂੰ ਬੋਰ ਸਿੱਧੋ ਹੀ ਤੂੰ ਉੱਤੇ ਨਹੀਂ ਕਰ ਸਕੀਦਾ ਨਾ ਤੁਹਾਨੂੰ ਵੀਡੀਓ ਵਿਖਾਇਦਾ ਤਾਂ ਮਾਰਕਾ ਇਹ ਵੇਖ ਲੋ ਹੁਣ ਮੈਂ ਕਿਆਰੇ ਦੇ ਵਿੱਚ ਪਹੁੰਚ ਆਇਆ ਤੇ ਵੇਖ ਲੋ ਜਿਹੜੇ ਜਿਹੜੀ ਕਈ ਨਾਲ ਮੈਂ ਕੰਮ ਕਰੈਨਾ ਉਹ ਕਈ ਵੀ ਮੇ ਪਿੱਛੂ ਰੱਖੀ ਹੋਈ ਏ ਵੇਖ ਲੋ ਬੈਕ ਸਾਈਡ ਤੇ ਕਈ ਪਈ ਏ ਤੇ ਮੈਂ ਹੁਣ ਕਿਆਰੇ ਦੇ ਵਿੱਚ ਪਹੁੰਚ ਆਇਆ ਤੁਹਾਨੂੰ ਵਿਖਾਇਨਾ ਬਈ ਇਥੂ ਪਾਲੀ ਲੱਗੋਇਆ ਇਹ ਵੇਖ ਲੋ ਮੇਰੀ ਨਾ ਮੇਰੀ ਬੈਕ ਸਾਈਡ ਤੇ ਕੜਾ ਕੇ ਤੇ ਕੜਕ ਦੀ ਨੂੰ ਮੈਂ ਪਾਲੀ ਬੰਦ ਕਰਕੇ ਸਿੱਧਾ ਪਠਿਆ ਲਾਇਆ ਹੋਇਆ ਉਹ ਵੇਖ ਲੋ ਕਈ ਦੇ ਨਾਲ ਸਾਹਮਣੇ ਪਠਿਆ ਦੇ ਨਾਲ ਲੱਗੋਇਨੇ ਪਾਲੀ ਤੇ ਉਹ ਪਿੱਛੇ ਵੇਖ ਲਓ ਬਿਲਡਿੰਗ ਵੀ ਵੱੜਦੀ ਪਈ ਏ ਇਹ ਹੈ ਸ਼ੈਲਰ ਸ਼ੈਲਰ ਦੇ ਨਾਲ ਉਹ ਬੜੇ ਦੇ ਪੈਰ ਜਿਹੜੇ ਹੁੰਦੇ ਨੇ ਬੁਰਗੀਆਂ ਨੂੰ ਫੀਡ ਦੇਣ ਵਾਸਤੇ ਫੀਡ ਬੜਾਉਣ ਵਾਸਤੇ ਜਾਂ ਬੁਰਗੀਆਂ ਦੀ ਕੋਈ ਖੁਰਾਕ ਬੜਾਉਣ ਵਾਸਤੇ ਉਹ ਬੜਾ ਰਹੇ ਨੇ ਜੋ ਜੀ ਬਿਲਡਿੰਗ ਇਹਦੇ ਵਿੱਚ ਉਹ ਮਸ਼ੀਨਾਂ ਅਲੱਗ ਸਨ ਖੁਰਾਕ ਪੜਸੀ ਤੇ ਬਾਤ ਚੂਚੀਆਂ ਨੂੰ ਸਿਕਲਾਈ ਹੋਸੀ ਬਾਰਕਾ ਇਹ ਹੈ ਮੇਰੇ ਪੱਠੇ ਇਹ ਵੇਖ ਲਓ ਤੁਸੀਂ ਇਹ ਸਾਰਾ ਵੇਖ ਸਕਦੇ ਹੋ ਇਹ ਹੈ ਮੇਰੇ ਪੱਠੇ ਤੂੜ ਪੱਠੇ ਗੈਰ ਭੋਕ ਹੋੜ ਬੁੱਕੇ ਖਲੋ ਤੇ ਪਿਛਲੇ ਸਾਰੇ ਬੈਲ ਐਰ ਵੱਡ ਹੁਣ ਵੇਖ ਲੋ ਪਿਛਲੀ ਲੋ ਪਰ ਦੁਈ ਹਉਦੀ ਪਈ ਐ ਇਹ ਹੈ ਪਹਿਲੀ ਲੋ ਪਰ ਢਾਲੀਆ ਖਲੀਆਂ ਤੇ ਇਹ ਹੁਣ ਪੱਟੇ ਪੈਰ ਬੁੱਕਦੇ ਇਨਸ਼ਾਅੱਲਾ ਮੇਰੇ ਡੰਗਰ ਵੀ ਸਹਜਾਨ ਮ ਰੱਖਿਓ ਸ਼ੌਕੀਅਤ ਤੋਰ ਤੇ ਰਖੀਂਦੇ ਦੁੱਧ ਵਾਸਤੇ ਰਖੀਂਦੇ ਇਸ ਵਜ੍ਹਾ ਤੁਮਾ ਵੱਚੇ ਸੱਚੇ ਬੜੇ ਸ਼ੌਕਵੇ ਰਖਣੋ ਨਾ ਕਿਉਂਕਿ ਰੇੜੀ ਤੇ ਉਹਨਾਂ ਦੇ ਪੱਟੇ ਛੱਟ ਲਾੜ ਲੈ ਹੂਰ ਤਾਂ ਇਹ ਦੂਰਾ ਕੋਈ ਨਹੀਂ ਜਦਾਂ ਰਾ ਹੁੰਦਾ ਉਹਨਾਂ ਮ ਪੱਟੇ ਰੇੜੀ ਤੇ ਲੜੇ ਨਾ ਮਾਰਕਾ ਮੈਂ ਹੁਣ ਘਾਸ ਦੇ ਵਿੱਚ ਪਹੁੰਚ ਆਇਆ ਘਾਸ ਜਿਹੜਾ ਹੈ ਨਾ ਚਾਰਾ ਜਿਹਨਾਂ ਨੂੰ ਤੁਸੀਂ ਲਫ਼ਜ਼ ਚਾਰਾਸ ਦਿੰਦੇ ਹੋ ਜਾਂ ਘਾਸ ਦਿੰਦੇ ਹੋ ਉਹਦੇ ਵਿੱਚ ਮੈਂ ਪਹੁੰਚ ਆਇਆ ਵੇਖ ਲਓ ਇਦੂ ਇਦੂ ਭਰੇ ਆਵਦਾ ਬਸ ਥੋੜਾ ਜਿਹਾ ਬੰਨੇ ਦੇ ਕਰੀਬ ਰਹਿ ਗਿਆ ਇਹ ਭਰੀ ਜਾਂਦੇ ਉਸ ਤੋਂ ਬਾਅਦ ਮਾਰਕਾ ਮੈਂ ਬੜਾਈਏ ਅੱਗਾ ਖਾਲੀ ਅੱਗਾ ਮੈਂ ਕਣਕ ਵੀ ਭਰਾਵੜੀਏ ਉਹ ਵੀ ਤੁਹਾਨੂੰ ਵਿਖਾ ਦੇਣਾ ਇਹ ਵੇਖ ਲਓ ਇੱਕ ਅੱਸੀ ਹੂੜ ਬੜਾਈਏ ਤੇ ਕੱਸੀ ਬੜਾ ਕੇ ਹਟ ਕੇ ਪਾੜੀ ਚਲਾਇਆ ਮੋਟਰ ਤੇ ਹੂੜ ਘੰਟਾ ਸਾਰਾ ਮੋਟਰ ਚੱਲ ਲਈ ਬਿਜਲੀ ਵਗ ਗਈ ਏ ਇਹ ਸਾਰਾ ਖਾਲਾ ਬੜਾਇਆ ਹੈ ਜਿਹਦੇ ذریعے ਇਥੋਂ ਪਾੜੀ ਲੁੜੇ ਸਾ ਤੇ ਇਨ ਕਰਕੇ ਨਾ ਸਾਰੀ ਕੱਸੀ ਦੇ ਵੇਚ ਨਾ ਮੈਂ ਇਹਨੂੰ ਇਸ ਕੜਕ ਨੂੰ ਭਰਾਵੜਾਇਆ ਕਿਉਂਕਿ ਇਹ ਕੁਛ ਭਰੀ ਬਦੀ ਇਹ ਕੁਛ ਅਗਾ ਕੋਈ ਨਹੀਂ ਭਰੀ ਹੋਈ ਤੋਂ ਉਸ ਤੋਂ ਬਾਅਦ ਵਰਕਾ ਤੁਹਾਨੂੰ ਵੇਖ ਲਓ ਮੈਂ ਡੇਲੀ ਦੀ ਵੀਡੀਓ ਹੂ ਡੇਲੀ ਗਲੇ ਸਾ ਮੈਂ ਤੁਹਾਨੂੰ ਹੂੜ ਇਸ ਵਜ੍ਹਾ ਤੋਂ ਕਿਸ ਚੱਕਰ ਦੇ ਵਿੱਚ ਨਹੀਂ ਰੱਖਦਾ ਮੈਂ ਹਰ ਡੇਲੀ ਦੀ ਵੀਡੀਓ ਤੁਹਾਡੇ ਡੇਲੀ ਭੇਜੀ ਕਰੈ ਸਾ ਤੂੰ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਵੀ ਕੀਤਾ ਕਰੋ ਕਿਉਂਕਿ ਸਾ ਤੁਹਾਡੇ ਮਗਰ ਇਤਨੀ ਮਿਹਨਤ ਕਰ ਰਹੇ ਆ ਵੇਖ ਲਓ ਕਪੜਾ ਹੀ ਸਹਨੇ ਆ ਸਾਰਾ ਕੁਝ ਬੰਦਾ ਖੁਦ ਵੀ ਸਰਦੀ ਦੇ ਵਿੱਚ ਵੇਖ ਲਓ ਅੱਜ ਕੱਲ ਸਰਦੀ ਕਿਤਨੀ ਪੈ ਰਹੀ ਹੈ ਸਰਦੀ ਦੇ ਵਿੱਚ ਕਪੜਾ ਹੀ ਸਹੀ ਖਲੋਤਾ ਸਾਰਾ ਕੁਝ ਕਬਦਾ ਹੀ ਖਲੋਤਾ ਤਾਈ ਵੀ ਤੁਹਾਨੂੰ ਵੀਡੀਓ ਬਣਾ ਕੇ ਵਿਖਾ ਰਹੀ ਆ ਤੂੰ ਸਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਤਾ ਕਰੋ ਤੇ ਇਹ ਬੋਟ ਆਰ ਤੱਲੇ ਇਹ ਢਾਲ ਤੇ ਇਹ ਵੇਖ ਲੋ ਬੋਟਰ ਦੇਸੀ ਯੂਗੜ ਲਾਇਆ ਹੋਇਆ ਵੇਖ ਲੋ ਬਟੋੜਾ ਸਾਹ ਆਪਣੇ ਤਰੀਕੇ ਦਾ ਲਾਇਆ ਹੋਇਆ ਭਾਈ ਉਂ ਮੈਂ ਕੋਈ ਲਵਾ ਵਾਨ ਤੇ ਉਸ ਤੇ ਸ਼ਾਰਟ ਲੱਗਦੀ ਏ ਇਸ ਨਾਲ ਸ਼ਾਰਟ ਨਹੀਂ ਲੱਗਦੀ ਇਸ ਨਾਲ ਇਹ ਲੱਕੜੀਆਂ ਨਾਲ ਇਹਨੂੰ ਬਾਲ ਨਹੀਂ ਹੁੰਦਾ ਤੇ ਸਾਰਾ ਕੁਝ ਕਰਦੋ ਦਾ ਲੱਕੜੀਆਂ ਨਾਲ ਇਹਨੂੰ ਬੰਦ ਕਰਦੋ ਦਾ ਕਿਉਂਕਿ ਮਾਤਾ ਸ਼ਾਰਟ ਹੀ ਲੱਗ ਸਕਦੀ ਏ ਬਿਜਲੀ ਦਾ ਮਸਲ ਹੁੰਦਾ ਏ ਇਹਦੇ ਵਿੱਚ ਸ਼ਾਰਟ ਬੜਾ ਜਲਦੀ ਲੱਗਦੀ ਏ हूं मैं मोटर लई हूँ मोटर लग लगा बिजली गई है आ हूने मैंख्या तुम के मोटर चला रही है मैं ये वेख लो मैं हे मोटर लग लगा तो मोटर कोल मैं बिल्कुल आ गया हूं मैं मोटर चला लवा तह तो वीडियो पसंद आई हो लाइक शेयर करेयर करमेंट करबसक्राइब कर पाकिस्तान जिंदाबाद